ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ CISF ਦੀ ਕਾਂਸਟੇਬਲ ਕੁਲਵਿੰਦਰ ਕੌਰ ਦਾ ਕੀਤਾ ਸਮਰਥਨ। ਆਉਂਦੀਆਂ ਚੋਣਾਂ ਨੂੰ ਵੀ ਲੈ ਕੇ ਤਿਆਰੀ ਦੀ ਕੀਤੀ ਗੱਲ। ਲੁਧਿਆਣਾ ਵਿਖੇ ਮੀਟਿੰਗ ਲਈ ਪਹੁੰਚੇ ਸਨ ਸੁਖਬੀਰ ਸਿੰਘ ਬਾਦਲ। ਅੱਜ ਮੈਂ ਲੁਧਿਆਣਾ ਹਲਕੇ ਤੋਂ ਜਿਹੜੇ ਸਾਡੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਸਾਹਿਬ ਦੇ ਘਰ ਸਾਡੇ ਵਰਕਰ ਇਕੱਠੇ ਹੋਏ। ਮੈਂ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਮੈਂ ਇਹਨਾਂ ਨੂੰ ਟੈਲੀਫੋਨ ਕੀਤਾ ਸੀ, ਮੈਂ ਚਾਹ ਪੀਣੀ ਹੈ ਅਤੇ ਸਾਰੇ ਵਰਕਰ ਬਣਾ ਲਓ, ਕਿਉਂਕਿ ਐਕਤੀ ਵਰਕਰਾਂ ਨੇ ਬਹੁਤ ਮਿਹਨਤ ਕੀਤੀ, ਦਿਲੋਂ ਮਿਹਨਤ ਕੀਤੀ। ਰਿਜ਼ਲਟ ਕੋਈ ਮਰਜ਼ੀ ਆਇਆ ਹੋਏ ਪਰ ਮੈਂ ਦਿਲੋਂ ਧੰਨਵਾਦ ਕਰਦਾ ਅਕਾਲੀ ਦਲ ਦੇ ਵਰਕਰਾਂ ਦਾ। ਦਿਨ ਰਾਤ ਮਿਹਨਤ ਕੀਤੀ, ਨਾ ਗਰਮੀ ਦੇਖੀ ਨਾ ਕੁਛ ਹੋਰ ਦੇਖਿਆ, ਪਰ ਲੱਗੇ ਰਹੇ। ਸੋ ਮੈਂ ਉਹਨਾਂ ਨੂੰ ਆਹੀ ਕਿਹਾ ਕਿ ਆਹ ਜੰਗ ਖਤਮ ਹੋ ਗਈ ਹੈ ਅਤੇ ਦੂਜੀ ਦੀ ਤਿਆਰੀ ਕਰ ਲਓ। ਹੁਣ ਇੱਕ ਤਾਂ MC ਇਲੈਕਸ਼ਨ ਆਉਣਗੇ, ਕਾਰਪੋਰੇਸ਼ਨ ਇਲੈਕਸ਼ਨ ਆਉਣ, ਉਹਦੇ ਬਾਅਦ 2027 ਜਿਹੜੀ ਹੈਗੀ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੈ ਅਤੇ ਕਿਸੇ ਹਾਲ 'ਚ ਬਣਾਉਣੀ। ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੇ CISF ਦੇ ਜਿਹੜੀ ਕਾਂਸਟੇਬਲ ਸੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ। ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ, ਉਹਨਾਂ ਦੀ ਮਾਤਾ ਉਸ ਧਰਮੇ ਸੀ ਅਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ 100-100 ਰੁਪਏ ਦੇ ਕੇ ਕੌਣ ਬਰਦਾਸ਼ਤ ਕਰਦਾ ਹੈ। ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਅਤੇ ਕੰਗਨਾ ਰਣੌਤ ਨੂੰ ਇਹੋ ਜਿਹੇ ਸ਼ਬਦ, ਇਹੋ ਜਿਹੀਆਂ ਚੀਜ਼ਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਨੂੰ ਹਰਟ ਕਰ। ਕੱਲ੍ਹ ਸੁਖਬੀਰ ਜੀ ਪ੍ਰਧਾਨ ਸਾਹਿਬ ਆਏ ਸੀ, ਆਪਣੇ ਜਿਹੜਾ ਨੇ ਮਿਹਨਤ ਕੀਤੀ ਹੈ ਬਹੁਤ ਇਸ ਇਲੈਕਸ਼ਨ ਦੇ ਵਿੱਚ, ਉਹਨਾਂ ਸਾਰੇ ਸਾਥੀਆਂ ਦਾ ਧੰਨਵਾਦ ਕਰਨ ਵਾਸਤੇ ਆਏ ਸੀ। ਰਿਜ਼ਲਟ ਜੋ ਵੀ ਰਿਹਾ ਹੋਵੇ, ਸਾਡੇ ਸਾਥੀਆਂ ਨੇ ਬੜੀ ਵੱਡੀ ਮਿਹਨਤ ਕੀਤੀ ਹੈ, ਬੜਾ ਜ਼ੋਰ ਲਾਇਆ, ਘਰ ਘਰ ਗੱਲ ਪਹੁੰਚਾਈ ਹੈ, ਜੋ ਅਸੀਂ ਕਹਿਣਾ ਚਾਹੁੰਦੇ ਸੀ ਕਿਹਾ, ਲੋਕਾਂ ਨੇ ਸਾਡੀ ਗੱਲ ਸੁਣੀ ਵੀ ਆ। ਅਤੇ ਵੱਖਰੀ ਗੱਲ ਆ ਵੀ ਉਹਨਾਂ ਨੇ ਆਪਣਾ ਫੈਸਲਾ ਜਿਹੜਾ ਕਿਸੇ ਵੀ ਪ੍ਰਕਾਰ ਦਾ ਹੈ ਪਰ ਸਾਡੀ ਗੱਲ ਸੁਣੀ ਆ, ਉਹਨਾਂ ਨੇ ਸਾਡੇ 'ਤੇ ਭਰੋਸਾ ਕੀਤਾ। ਉਹ ਜਿਹੜੀ ਗੱਲ ਤੁਹਾਨੂੰ ਦੱਸੀ ਆ, ਪ੍ਰਧਾਨ ਸਾਹਿਬ ਨੇ ਵੀ ਗੱਲ ਕੀਤੀ ਆ ਵੀ ਇਸ ਵਾਰ ਪ੍ਰੋ ਮੋਦੀ ਅਤੇ ਐਂਟੀ ਮੋਦੀ ਗੇਮ ਚੱਲੀ ਹੈ, ਵੀ ਕੌਣ ਮੋਦੀ ਨੂੰ ਹਰਾ ਸਕਦਾ ਵਾ, ਮੋਦੀ ਨੂੰ ਹਰਾ ਕੇ ਉਦੋਂ, ਕਿਉਂਕਿ ਸਾਡੇ ਫਿਰ ਉਹਨਾਂ ਲੋਕਾਂ ਦਾ ਇਹ ਵੀ ਸੀਗਾ ਮਾੜਾ ਜਿਹਾ ਸ਼ੱਕ ਕਿ ਜਿੱਤ ਜਾਣ ਤੋਂ ਬਾਅਦ ਫਿਰ ਮੋਦੀ ਨਾਲ ਨਾ ਰਲ ਜਾਣ, ਕਿਉਂਕਿ ਪੰਜਾਬ ਦੇ ਲੋਕਾਂ ਦਾ ਇੱਕੋ ਫੈਸਲਾ ਸੀ ਮੋਦੀ ਹਰਾਉਣਾ ਸੀ, ਕਿਉਂਕਿ ਉਹਨਾਂ ਦੇ ਕੁਛ ਇਸ ਤਰ੍ਹਾਂ ਦੇ ਕੰਮ ਸੀ, ਇਸ ਤਰ੍ਹਾਂ ਦੇ ਕਾਰਨਾਮੇ ਸੀ ਜਿਹਨਾਂ ਕਰਕੇ ਪੰਜਾਬ ਉਹਨਾਂ 'ਤੇ ਟਰੱਸਟ ਨਹੀਂ ਕਰ ਰਿਹਾ ਸੀ, ਪੰਜਾਬ ਦੇ ਲੋਕ ਟਰੱਸਟ ਨਹੀਂ ਕਰਦੇ ਸੀ, ਮਹਿੰਗਾਈ ਦੀ ਮਾਰ, ਪੰਜਾਬ ਦੇ ਨਿੱਜੀ ਮਸਲਿਆਂ, ਧਰਮ ਦੇ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਔਰ ਪੰਜਾਬ ਦੇ ਨਾਲ ਵਿਤਕਰੇਬਾਜ਼ੀ, ਇਹ ਸਾਰੀਆਂ ਗੱਲਾਂ ਜਿਹੜੀਆਂ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਸੀਗੀਆਂ, ਜਿਸ ਕਰਕੇ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਸੀ ਮੋਦੀ ਨਾਲ। ਇੱਕ ਪਾਸੇ ਭਗਵਾਨ ਰਾਮ ਚੰਦਰ ਜੀ ਦੇ ਮਹਾਰਾਜ ਦੇ ਮੰਦਰ ਦੀ ਗੱਲ ਸੀ, ਮੰਦਰ ਕਰਕੇ ਇੱਕ ਸਾਡਾ ਹਿੰਦੂ ਭਾਈਚਾਰਾ ਮੋਦੀ ਬਾਰੇ ਸੀ, ਅਤੇ ਬਾਕੀ ਭਾਈਚਾਰੇ ਮਹਿੰਗਾਈ ਦੀ ਮਾਰ ਝੱਲਣ ਵਾਲੇ ਲੋਕ ਜਾਂ ਹੋਰ ਉਹ ਲੋਕ ਦੇ ਖਿਲਾਫ ਸੀ। ਦੇਖੋ ਮਨਪ੍ਰੀਤ ਅਜਾਲੀ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸਿਰਕਰਦਾ ਆਗੂ ਨੇ, ਬੜੇ ਮਿਹਨਤੀ ਸਾਥੀ ਨੇ, ਮੇਰੀ ਇਲੈਕਸ਼ਨ 'ਚ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ, ਜੀ ਤੋੜ ਯਤਨ ਕੀਤਾ, ਜਿੰਨਾ ਕਰ ਸਕਦੇ ਉਹ ਤੋਂ ਵੱਧ ਕੀਤਾ, ਇਸ ਕਰਕੇ ਉਹ ਜਿਹੜੀ ਉਹਨਾਂ ਨੇ ਝੁੰਦਾ ਕਮੇਟੀ ਦੀ ਗੱਲ ਕੀਤੀ ਉਹ ਕਮੇਟੀ ਦੇ ਮੈਂਬਰ ਸੀ, ਇਸ ਕਰਕੇ ਉਹਨਾਂ ਨੇ ਕੋਈ ਗੱਲ ਕੀਤੀ ਹੋਣੀ ਆ, ਉਹ ਬਿਹਤਰ ਜਾਣਦੇ ਨੇ ਖੁਦ ਸ਼ਾਮਿਲ ਨਹੀਂ। ਉਹਨਾਂ ਨੇ ਆਪ ਕੱਲ੍ਹ ਤੁਸੀਂ ਕਮੇਟੀ ਦੀ ਫੈਸਲਾ ਪੜ੍ਹਿਆ ਤਾਂ ਹੈ ਵੀ ਜਿੰਨਾ ਚਿਰ ਮੈਂ ਉਹਨਾਂ ਚਿਰ ਹਜੇ ਕਿਸੇ ਮੀਟਿੰਗ 'ਚ ਸ਼ਾਮਿਲ ਨਹੀਂ ਹੋਊਗਾ, ਉਹਨਾਂ ਨੇ ਆਪ ਪੜ੍ਹ ਕੇ ਵੀ ਤੁਸੀਂ ਸਵਾਲ ਕਰ ਰਹੇ ਹੋ। ਢਿੱਲੋਂ ਸਾਹਿਬ ਰਾਜਾ ਵੜਿੰਗ ਭਾਵੇਂ ਜਿੱਤੇ ਨੇ ਪਰ ਸ਼ਹਿਰ ਦੇ 5 ਹਲਕੇ ਬੁਰੀ ਤਰ੍ਹਾਂ ਕਾਂਗਰਸ ਪਾਰਟੀ ਹਾਰੀ ਹੈ, ਪਿੰਡਾਂ 'ਚ ਜਾ ਕੇ ਕਾਂਗਰਸ ਪਾਰਟੀ ਥੋੜ੍ਹਾ ਸਾਹ ਆਇਆ ਕਿਵੇਂ ਦੇਖੋ? ਦੇਖੋ ਮੈਂ ਪਹਿਲਾਂ ਹੀ ਕਹਿ ਚੁੱਕਿਆ, ਪਿੰਡਾਂ ਦੇ ਕਿਸਾਨ ਜਿਹੜੇ ਸਾਡੇ ਵੀਰ ਸੀ ਜਾਂ ਪਿੰਡਾਂ ਦੇ ਆਮ ਲੋਕ ਸੀ, ਉਹਨਾਂ ਨੇ ਫੈਸਲਾ ਕਰ ਲਿਆ ਸੀ ਵੀ ਅਸੀਂ ਮੋਦੀ ਹਰਾਉਣਾ, ਮੋਦੀ ਨੂੰ ਹਰਾਉਣ ਦੀ ਖਾਤਰ ਉਹਨਾਂ ਨੇ ਵੋਟ ਉੱਧਰ ਪਾਈ ਹੈ। ਸਾਡੀ ਵੀ ਗੱਲ ਸੁਣੀ, ਸਾਡੇ ਮੀਟਿੰਗਾਂ 'ਚ ਬਹੁਤ ਵੱਡੇ ਵੱਡੇ ਘੱਟ ਹੁੰਦੇ ਸੀ, ਬਹੁਤ ਵੱਡੀ ਵੱਡੀ ਤਾਦਾਦ 'ਚ ਬੀਬੀਆਂ ਆਉਂਦੀਆਂ ਸੀ,
ਪਰ ਉਹ ਜਦੋਂ ਫੈਸਲਾ ਅਖੀਰ ਵਿੱਚ ਕਿਸਾਨ ਯੂਨੀਅਨ ਨੇ ਕਰ ਦਿੱਤਾ ਵੀ ਅਸੀਂ ਮੋਦੀ ਹਰਾਉਣ ਵਾਸਤੇ ਕਾਂਗਰਸ ਨੂੰ ਵੋਟ ਪਾਓ ਅਤੇ ਇਸ ਕਰਕੇ ਵੋਟ ਉੱਧਰ ਪਏ। ਨਿਗਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬਿਹਤਰ ਪ੍ਰਦਰਸ਼ਨ ਕਰੇਗਾ? ਦੇਖੋ ਅਸੀਂ ਨਿਗਮ ਚੋਣਾਂ ਆ ਰਹੀਆਂ ਨੇ, ਅਸੀਂ ਬਿਲਕੁਲ ਆਪਦੀ ਲੜਾਈ ਲੜਾਂਗੇ, ਆਪਣੇ ਕੈਂਡੀਡੇਟ ਖੜ੍ਹੇ ਕਰਾਂਗੇ, ਕੈਂਡੀਡੇਟ ਖੜ੍ਹੇ ਕਰਕੇ ਲੜਾਈ ਲੜਾਂਗੇ। ਆਮ ਆਦਮੀ ਪਾਰਟੀ ਸਰਕਾਰ ਹੈ ਪਰ ਘਰੇਲੂ ਹਲਕੇ ਤੋਂ ਜਿਹੜੇ ਪੱਪੀ ਪ੍ਰਸ਼ਦ ਹਾਰੇ ਨੇ ਅਤੇ ਬਾਕੀ ਹਲਕੇ 'ਚ ਵੀ ਹਾਰ ਹੋਈ ਹੈ। ਦੇਖੋ ਮੈਂ ਤਾਂ ਇਹ ਕਹਿੰਦਾ ਵੀ ਤਿੰਨ ਕੈਂਡੀਡੇਟ ਜਿਹੜੇ ਮੇਰੇ ਸਾਹਮਣੇ ਸੀਗੇ ਜੀ, ਤਿੰਨੇ ਇਸ ਵੇਲੇ ਪਾਵਰ 'ਚ ਨੇ ਜੀ। ਇੱਕ ਦੀ ਪੰਜਾਬ 'ਚ ਸਰਕਾਰ ਆ ਜੀ, ਇੱਕ ਦੀ ਕੇਂਦਰ 'ਚ ਬਣ ਗਈ, ਇੱਕ ਖੁਦ MP ਬਣ ਗਿਆ ਜੀ। ਔਰ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਨੇ ਲੁਧਿਆਣੇ ਦੇ ਲੋਕਾਂ ਦੇ ਨਾਲ, ਪੱਪੀ ਜੀ ਨੂੰ ਚਾਹੀਦਾ ਹੁਣ ਫੌਰੀ PGI ਲੈਵਲ ਦਾ ਹਸਪਤਾਲ ਕਹਿੰਦੇ ਸੀ ਬਣਾਵਾਂਗੇ, ਫੌਰੀ ਜਿਹੜਾ ਸਿਵਲ ਹਸਪਤਾਲ ਆ ਉਹਨੂੰ ਉਹਦੀ ਸਹੂਲਤਾਂ ਦੇਣ, ਉਹਦੇ 'ਚ ਜਿਹੜੀ ਰੱਦੋ ਬਦਲਾ ਜੋ ਚੇਂਜ ਕਰਨ ਵਾਲੀ ਕਰਕੇ ਉਹਨੂੰ PGI ਦੇ ਲੈਵਲ ਦਾ ਸਟੈਂਡਰਡ ਕਰਨ ਉਹਦਾ। ਔਰ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਸਾਹਿਬ ਬਣ ਗਏ ਨੇ, ਜਿਹੜੇ ਉਹਨਾਂ ਨੇ ਇੱਕ ਆਪਣੇ ਚੋਣ ਮਨੋਰ ਪੱਤਰ ਜਾਰੀ ਕੀਤਾ ਸੀ ਉਹਦੇ 'ਤੇ ਕੰਮ ਕਰਨ, ਔਰ ਬੀਬੀਆਂ ਨੂੰ ਜਿਹੜਾ ਲੱਖ ਰੁਪਇਆ ਦੇਣ ਦਾ ਲਾਰਾ ਲਾਇਆ ਸੀ ਉਹ ਵੀ ਉਹਨਾਂ ਨੂੰ ਦੇਣਾ ਬਣਦਾ। ਇਹਦਾ ਮਤਲਬ ਨਹੀਂ ਹੈਗਾ ਵੀ ਉਹਨਾਂ ਦੀ ਸਰਕਾਰ ਨਹੀਂ ਬਣੀ, ਕਹਿਣ ਕੇ ਕੱਲ੍ਹ ਨੂੰ ਵੀ ਸਾਡੀ ਸਰਕਾਰ ਨਹੀਂ ਬਣੀ। ਬੀਬੀਆਂ ਨੇ ਤਾਂ ਵੋਟ ਪਾਤੀ ਨਾ 1 ਲੱਖ ਰੁਪਈਏ ਨੂੰ, ਉਹ 1 ਲੱਖ ਰੁਪਏ ਜਿੱਥੋਂ ਮਰਜ਼ੀ ਲਿਆ ਕੇ ਬੀਬੀਆਂ ਨੂੰ ਦੇਣ, ਉਹ ਵਾਅਦਾ ਪੂਰਾ ਕਰਨ, ਔਰ ਹੋਰ ਵੀ ਜਿਹੜੇ ਲੁਧਿਆਣੇ ਦੇ ਲੋਕਾਂ ਦੇ ਨਾਲ ਉਹਨਾਂ ਨੇ ਵਾਅਦੇ ਕੀਤੇ ਪੂਰੇ ਕਰਨ। ਔਰ ਕੇਂਦਰ ਦੇ ਵਿੱਚ ਜਿਹੜੀ ਬਿੱਟੂ ਜੀ ਦੀ ਸਰਕਾਰ ਬਣ ਗਈ ਆ, ਅਤੇ ਬਿੱਟੂ ਜੀ ਨੂੰ ਵੀ ਫਰਜ਼ ਬਣਦਾ ਵੀ ਲੁਧਿਆਣੇ ਦੀਆਂ ਲੋੜਾਂ, ਲੁਧਿਆਣੇ ਦੀ ਇੰਡਸਟਰੀ ਦੀ ਲੋੜ, ਯੁਵਾਵਾਂ ਦੀ ਲੋੜ, ਹਰ ਲੋੜ ਨੂੰ ਪੂਰੀ ਕਰਨ ਵਾਸਤੇ ਪਹਿਲ ਕਦਮੀ ਕਰਨ ਅਤੇ ਜ਼ੋਰ ਲਾਉਣ। ਧੰਨਵਾਦ ਦੇ ਰਹੇ ਆ ਵੀ ਪਿੰਡਾਂ ਦੇ ਲੋਕ ਉਹਨਾਂ ਤੋਂ ਮਨਰੇਗਾ ਅਤੇ ਆਡੀ ਹੱਥਾਂ ਵੰਡਣਾ ਮੰਗਣ। ਬਿੱਟੂ ਦੇਖੋ ਇੱਕ ਬੜਾ ਨੌਨਸੈਂਸ ਗੱਲ ਆ ਇਹ ਗੱਲ ਬਣਦੀ ਨਹੀਂ ਗੀ, ਇੱਦਾਂ ਕਰਨੀ ਨਹੀਂ ਚਾਹੀਦੀ ਉਹਨਾਂ ਨੂੰ। ਇਹ ਉਹਨਾਂ ਦੇ ਕਿਸੇ ਸਰਕਾਰ ਦੇ ਫੰਡ ਨਹੀਂ ਗਏ, ਇਹ ਲੋਕਾਂ ਦੇ ਟੈਕਸ ਦੇ ਫੰਡ ਨੇ। ਲੋਕਾਂ ਦੇ ਟੈਕਸ ਦੇ ਦਿੱਤੇ ਹੋਏ ਪੈਸਿਆਂ ਨੂੰ ਜੋ ਪੰਜਾਬ ਸਟੇਟਾਂ ਦੇ ਮੁਤਾਬਕ ਵੰਡ ਕਰਨੀ ਹੈ, ਐਲੋਕੇਟ ਕਰਨਾ, ਉਵੇਂ ਹੋਣਾ। ਇਹ ਜਿਹੜੇ ਬਿੱਟੂ ਜੀ ਦਾ ਜਿਹੜਾ ਵਰਜਨ ਆ ਬਹੁਤ ਗਲਤ ਆ, ਔਰ ਇਹ ਤਾਨਾਸ਼ਾਹੀ ਵਾਲਾ ਗਾ, ਇਹ ਲੋਕਤੰਤਰ ਵਾਲਾ ਨਹੀਂ ਗਾ, ਇਹ ਤਾਨਾਸ਼ਾਹੀ ਗੱਲ ਆ ਵੀ ਅਸੀਂ ਨਹੀਂ ਦੇਵਾਂਗੇ ਜਾਂ ਇੱਦਾਂ ਮੰਗਣ ਨਾ। ਕਿਉਂ ਨਾ ਮੰਗਣ ਜੀ, ਕਿਉਂ ਨਾ ਮੰਗਣ, ਉਹ ਪੰਜਾਬ ਜਾਂ ਭਾਰਤ ਦੇ ਵਾਸੀ ਨਹੀਂ ਗੇ। ਸੋ ਇਸ ਕਰਕੇ ਬਿੱਟੂ ਜੀ ਸਿਆਣੀ ਗੱਲ ਕਰਨ, ਸਿਆਣੀ ਗੱਲ ਨਹੀਂ ਕਰਨ।